सत श्री अकाल, सलाम, नमस्कार, आदाब। मैं परमिंदर सिंह टिवाणा बागां ते रागां दे शहर पटियाला तो पटियाले दे बिल्कुल नाल रौणी दे विच लग्गिया किसान मेला कृषि विज्ञान केंद्र दे विच। बड़ियां चीज़ां इत्थे वेखण वालियां ने। सो किसानी मेला उम्मीद तो ज़्यादा भरिया होया। किसान बीबियां भी जिहड़ियां सुचेत ने उह भी ने, पर किसान भरा ज़्यादा ने। कमर्शियल एंगल भी इस मेले का हैगा। अंतरराष्ट्रीय पद्धर दीआं कंपनियां इत्थे अपना सौदा वेचण लई आईआं ने। बड़ा कुछ है, पर शुरुआत इस प्रोग्राम की करांगे अपने पिंड तो। मेरे पिंड नाल ही संबंधित ने नरेंद्र सिंह अकाली। सत श्री अकाल जी। भाई जी सत श्री अकाल। नाल लाली टोड़ा। सत श्री अकाल जी दोस्तों। जी सत श्री अकाल। सो नरेंद्र सिंह, इन्हां दा जिहड़ा पिंड च इन्हां नूं अकाली कहिंदे ने, पर वाकई अकाली ने, बादल वाले जां दूसरे नहीं, क्योंकि गुरसिख परिवार है। गुरु नानक साहब की वरसोई खेती के किते नाल जुड़े हुए ने ते खेती भी ऑरगैनिक करते हैं। तो नरेंद्र जी स्वागत, किवें रहा मेला इस बार का? मेला बहुत वधिया जी, बहुत भरिया मेला, क्योंकि लॉकडाउन करके काफ़ी सालों तो बंद सी। अच्छा। पहला वर्चुअल हुंदा सी ते इस बार फिजिकली होया, इस करके लोगों को बहुत उत्साह होया ते मेले हम आके पहुँचे हैंगे। तुहाडा जिहड़ा ब्रांड है, मैं मित्र कैमरा मैन आखांगा नब ऑरगैनिक फार्म ग्रुप है ना। सो वसना शरीकां नाल नाभे की सरदारी, एक पासे अंतरराष्ट्रीय पद्धर का व्यापार है ते एक पासे एक वड्डे पिंड कह लीए जां निक्के पिंड दे विच निकड़ा लाली सॉरी नरेंद्र उस नूं कंपीटीशन दे रहा इंटरनेशनल पद्धर दे शरीकां नाल, कारपोरेट कंपनियां नाल दो चार हो रहा। किहड़े किहड़े ब्रांड रखे आ फिर तुसीं? ते मेरे कोल मेरा ब्रांड हैगा जी शक्कर। अच्छा। ते मस्टर्ड ऑयल हैगा जी। अच्छा। सरों दा तेल। यस। ते होर किहड़े किहड़े प्रोजेक्ट तुसीं वेचदे हो? ਅਤੇ ਮੇਰੇ ਕੋਲ ਸੇਲ ਲਈ ਤਾਂ ਦੋ ਹੀ ਪ੍ਰੋਡਕਟ ਹੈਗੇ ਨੇ ਜੀ, ਸਰੋਂ ਦਾ ਤੇਲ ਅਤੇ ਸ਼ੱਕਰ ਗੁੜ ਜਾਂ ਸ਼ੱਕਰ ਗੁੜ। ਅਤੇ ਬਾਕੀ ਮੇਰੇ ਕੋਲ ਆਪਦੇ ਤੇਲ ਬੀਜ ਫਸਲਾਂ ਹੈਗੀਆਂ, ਅਲਸੀ ਹੈਗੇ ਆ, ਤਿਲ ਹੈਗੇ ਨੇ। ਅੱਛਾ। ਅਤੇ ਜਾਂ ਸਾਰੀਆਂ ਸਬਜ਼ੀਆਂ ਹੋ ਗਈਆਂ। ਅੱਛਾ। ਅਤੇ ਉਹ ਸਾਰਾ ਕੁਛ ਮੇਰੇ ਕੋਲ ਆਪਦੇ ਲਈ ਹੈਗਾ ਸਾਰਾ। ਤੁਸੀਂ ਬਾਕੀ ਤਾਂ ਫਾਰਮਿੰਗ ਤੁਸੀਂ ਦੂਸਰੀ ਕਰਦੇ ਹੋ ਅਤੇ ਥੋੜ੍ਹੇ ਮੇਰੇ ਖਿਲਾ ਕਰਦੇ ਹੋ, ਦੋ ਚਾਰ ਏਕੜ ਹੈ ਨਾ? ਦੋ ਕਿੱਲਿਆਂ ਦੀ ਮੈਂ ਔਰਗੈਨਿਕ ਫਾਰਮਿੰਗ ਕਰਦਾ, ਪਰ ਜਿਹੜੀ ਮੇਰੀ ਬਾਕੀ ਰਸਾਇਣਿਕ ਫਾਰਮਿੰਗ ਵੀ ਆ ਉਹਦੇ 'ਤੇ ਵੀ ਮੈਂ ਕਾਫੀ 80% ਔਰਗੈਨਿਕ ਲਾਗੂ ਕਰਤਾ, ਕੋਈ ਨਿਕਾਲ ਦਾ ਫਰਕ ਨਹੀਂ ਪਿਆ। ਮੈਂ ਕਿਸਾਨ ਵੀਰਾਂ ਨੂੰ ਇਹ ਵੀ ਇੱਕ ਬੇਨਤੀ ਕਰਦਾ ਵੀ ਪਰਾਲੀ ਨਾ ਸਾੜਨ ਉਹ, ਅਤੇ ਜੇ ਤੋ 2 ਕੁ ਸਾਲ ਪਰਾਲੀ ਨੂੰ ਖੇਤ ਦੇ ਵਿੱਚ ਰੱਖ ਦਿਆਂ ਤਾਂ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਊ। ਜਿਵੇਂ ਕਿ ਮੈਂ ਆਪਦੇ ਰਸਾਇਣਕ ਖੇਤ 'ਤੇ ਕਦੇ ਵੀ ਕੋਈ ਕੀੜੇ ਮਾਰ ਸਪਰੇ ਨਹੀਂ ਕੀਤੀ ਅਤੇ ਸਪਰੇਹਾਂ ਛੱਡਤੀਆਂ ਪੂਰੀਆਂ, ਅਤੇ ਓਨਲੀ ਸਿਰਫ 2 ਕੱਟੇ ਯੂਰੀਏ ਦੇ ਅਤੇ ਸਿਰਫ ਨਦੀਨ ਨਾਸ਼ਕ, ਅਤੇ ਨਿਕਾਲ ਪੂਰਾ ਉਹ ਦੂਜੇ ਜਿੰਨਾ ਹੀ ਆ। ਅਤੇ ਕਿਸਾਨ ਮਤਲਬ ਵੀ ਜਿਹੜਾ ਹੈਗਾ ਦਵਾਈਆਂ ਸਪਰੇਹਾਂ 'ਤੇ 5-6 ਹਜ਼ਾਰ ਰੁਪਇਆ ਕਿੱਲੇ 'ਤੇ ਵਾਧੂ ਖਰਚਾ ਕਰ ਦਿੰਦਾ ਜੀ। ਅਤੇ ਜਿਹੜਾ ਕਹਿੰਦੇ ਨੇ ਕਿ ਔਰਗੈਨਿਕ ਖੇਤੀ 'ਚ ਝਾੜ ਘੱਟ ਹੈ, ਝਾਟਾ ਪੈਂਦਾ? ਝਾੜ ਲਗਭਗ ਅੱਧਾ ਹੈਗਾ ਜੀ, ਪਰ ਰੇਟ ਵੀ ਡਬਲ ਹੈਗਾ ਇਹ। ਮਸਲਨ ਕੀ ਰੇਟ ਸਰੋਂ ਦਾ ਤੇਲ ਵੇਚਦੇ ਹੋ? ਅਤੇ ਵੈਸੇ ਤਾਂ ਇਹ ਕਾਫੀ ਕੋਸਟਲੀ ਪੈਂਦਾ ਮੈਨੂੰ, ਪਰ ਮੈਂ ਤਾਂ ਸਿਰਫ 300 ਰੁਪਏ ਲੀਟਰ ਸੇਲ ਕਰਦਾ। ਤੁਹਾਡੀ ਬੇਟੀ ਮੇਰੀ ਧਿਆਣੀ ਸੀ ਕੈਨੇਡਾ, ਆਪਾਂ ਇੱਥੇ ਬਣਾਵਾਂਗੇ। ਹਾਂਜੀ ਇੱਥੇ ਬਣਾਉਣਾ ਹੈ ਕੈਨੇਡਾ, ਸਾਰੇ ਜਾਈ ਜਾਂਦੇ ਨੇ। ਭੂਆ ਜੀ ਬਾਹਰ ਨੇ, ਫੈਮਿਲੀ ਬਾਹਰ ਹੈ, ਤੁਸੀਂ ਵੀ ਕੈਨੇਡਾ ਜਾਣਾ? ਨਹੀਂ ਉਰੇ ਵਧੀਆ, ਉਰੇ ਵੀ ਕੋਈ ਰਹਿਣਾ ਚਾਹੀਦਾ ਹੈ। ਅੱਛਾ। ਹਾਂਜੀ। ਕੋਈ ਪਿੱਤਲ ਦੇ ਕੁੰਡੇ, ਕੋਈ ਲੋਹੇ ਦੇ ਕੁੰਡੇ, ਇਹ ਕੈਨੇਡਾ ਚੰਦਰੀ ਲੈ ਗਈ ਛਾਂਟ ਕੇ ਮੁੰਡੇ, ਪਰ ਸਾਡੀ ਕੁੜੀ ਕਹਿੰਦੀ ਕੈਨੇਡਾ ਨਹੀਂ ਜਾਣਾ, ਇੱਥੇ ਰਹਿਣਾ, ਇੱਥੇ ਰਹਿਣਾ। ਅਤੇ ਨਰਿੰਦਰ ਬਾਈ ਜੀ ਹੋਰਾਂ ਦੇ ਬੇਟੀਆਂ ਨੇ ਅਤੇ ਬੇਟੀਆਂ ਬੇਟਿਆਂ ਨਾਲੋਂ ਵੀ ਵੱਧ ਨੇ, ਕੀ ਕਰਦੇ ਹੋ, ਕੀ ਪੜ੍ਹਦੇ ਹੋ? ਮੈਂ ਬੀਐਡ ਕਰ ਰਹੀ ਹਾਂ, ਮੇਰੀ ਟੀਚਰ ਟ੍ਰੇਨਿੰਗ ਚੱਲ ਰਹੀ ਹੈ, ਤਾਂ ਮੈਂ ਆਪਦੇ ਪਿੰਡ 'ਚ ਟ੍ਰੇਨਿੰਗ ਲਈ ਆ, ਉੱਥੇ ਪੜ੍ਹਾਉਣ ਜਾਂਦੀ ਹਾਂ ਹੁਣ। ਅੱਛਾ। ਪਹਿਲਾਂ ਐਮਏ ਵਗੈਰਾ ਕੀਤੀ ਹੈ? ਹਾਂਜੀ, ਪਹਿਲਾਂ ਬੀਏ ਕੀਤੀ ਹੈ, ਫਿਰ ਐਮਏ ਕੀਤੀ ਐਮਸੀਐਮ ਤੋਂ ਚੰਡੀਗੜ੍ਹ। ਐਮਸੀਐਮ ਹਿਸਟਰੀ ਦੀ, ਇਤਿਹਾਸ ਦੀ? ਨਹੀਂ, ਸੋਸ਼ੀਓਲੋਜੀ ਦੀ। ਸੋਸ਼ੀਓਲੋਜੀ ਦੀ। ਹਾਂਜੀ। ਅੱਛਾ, ਧੀ ਰਾਣੀ ਕਿੱਦਾਂ ਲੱਗਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਦਾ ਇੱਕ ਪਾਸੇ ਕਾਰਪੋਰੇਟ ਸੈਕਟਰ ਹੈ ਅਤੇ ਇੱਕ ਪਾਸੇ ਤੁਹਾਡੇ ਫਾਦਰ ਵਰਗੇ ਛੋਟੇ ਛੋਟੇ ਕਿਸਾਨ ਨੇ, ਕੀ ਇਹ ਸਰਵਾਈਵ ਕਰ ਪਾਉਣਗੇ? ਔਖਾ ਹੀ ਹੈ ਸਰਵਾਈਵ ਕਰਨਾ, ਤਾਂ ਹੀ ਤਾਂ ਬਾਹਰ ਜਾਈ ਜਾ ਰਹੇ ਨੇ ਬੱਚੇ, ਕਿਸਾਨੀ ਤਾਂ ਰਹੀ ਹੋ ਨਹੀਂ। ਸਰਕਾਰਾਂ ਜੇ ਹੈਲਪ ਕਰਨ ਫਿਰ ਤਾਂ ਗੱਲ ਹੈ, ਪਰ ਹੁਣ ਔਰਗੈਨਿਕ ਖੇਤਰ ਨੂੰ ਕੋਈ ਹੈ ਹੀ ਨਹੀਂ ਕੋਈ। ਜਿਵੇਂ ਤੁਹਾਡੇ ਵਾਲੀ ਜਿਹੜੀ ਪੀੜ੍ਹੀ ਹੈ, ਪੀਜੀਆਂ ਵਾਲੀ ਪੀੜ੍ਹੀ ਹੈ, ਜੋਮੈਟੋ ਵਾਲੀ ਪੀੜ੍ਹੀ ਹੈ, ਪਰ ਇਹ ਜਿਹੜੇ ਔਰਗੈਨਿਕ ਪ੍ਰੋਡਕਟ ਵੱਲ ਨੂੰ ਆਏ, ਇਹਨਾਂ ਦੀ ਕੋਸਟ ਵੇਲੇ ਤਾਂ ਕਿਸਾਨ ਤੁਹਾਨੂੰ ਲੱਗਦਾ ਕਾਮਯਾਬ ਹੋਏਗਾ? ਨਹੀਂ, ਹੁਣ ਤੁਸੀਂ ਦੇਖ ਲਓ ਘੱਟੇ ਖਰੀਦਦੇ ਆ, ਕਹਿ ਦਿੰਦੇ ਨੇ ਵੀ ਮਹਿੰਗਾ ਹੈ। ਮਹਿੰਗਾ? ਹਾਂਜੀ, ਹੈਗਾ ਤਾਂ ਅਸਲੀ, ਪਰ ਇਹੀ ਉਹਨਾਂ ਨੂੰ ਮਹਿੰਗਾ ਲੱਗਦਾ, ਕਾਰਪੋਰੇਟ ਸੈਕਟਰ ਵਿੱਚ ਆ ਗਿਆ, ਉਹੀ ਚੀਜ਼ਾਂ ਵੱਲ ਜਾਈ ਜਾ ਰਹੇ ਨੇ ਸਾਰੇ। ਘਰ ਦਾ ਜੋਗੀ ਜੋਗੜਾ ਅਤੇ ਬਾਹਰ ਦਾ ਜੋਗੀ ਸਿੱਧ। ਮਸਲਨ ਮਜਬੂਰੀ ਦੇ ਵਿੱਚ ਹੈ, ਦੂਸਰੇ ਪਾਸੇ ਮਿਲਾਵਟੀ ਚੀਜ਼ਾਂ ਜਾਂ ਜ਼ਹਿਰਾਂ ਵਾਲੀਆਂ ਚੀਜ਼ਾਂ ਸਸਤੀਆਂ ਨੇ। ਬਿਲਕੁਲ ਬਿਲਕੁਲ, ਮਤਲਬ ਵੀ ਉਸ ਕਰਕੇ ਲੋਕ ਉੱਧਰ ਜਾਂਦੇ ਨੇ, ਜਿਹੜੇ ਕਰਕੇ ਜਿਹੜੇ ਬੁੱਧੀਜੀਵੀ ਹੈਗੇ ਨੇ ਉਹਨਾਂ ਨੂੰ ਪਤਾ ਚੱਲ ਚੁੱਕਿਆ, ਅਤੇ ਉਹ ਤਾਂ ਮੇਰੇ ਤੋਂ ਹੀ ਖਰੀਦਦੇ ਨੇ ਜਿਹੜੇ ਅਫੋਰਡ ਕਰਦੇ ਆ, ਜਿਹੜੇ ਅਫੋਰਡ ਵੀ ਕਰਦੇ। ਨਹੀਂ, ਅਫੋਰਡ ਵਾਲੀ ਕੋਈ ਐਡੀ ਗੱਲ ਨਹੀਂ ਕਿ ਮੈਂ ਨੋ ਪ੍ਰੋਫਿਟ, ਨੋ ਲਾਸ 'ਤੇ ਸੇਲ ਕਰ ਰਿਹਾ। ਮੈਂ 300 ਰੁਪਏ ਲੀਟਰ 'ਤੇ ਮਸਟਰਡ ਆਇਲ ਦੇ ਰਿਹਾ, ਅਤੇ ਮੇਰਾ ਗਰੁੱਪ 400 'ਤੇ ਦੇ ਰਿਹਾ। ਮੇਰਾ ਗਰੁੱਪ ਇਹਨੂੰ ਦੇ ਰਿਹਾ 150-200, ਮੈਂ ਸਿਰਫ 100 ਰੁਪਏ ਦੇ ਰਿਹਾ।
तो जिमें चंडीगढ़ के लोग मैं सोचा सी उन्होंने भी चलो एक रेट रखते हैं रेट तो एक होना चाहिए तो वो 150 दे के भी इन घट मानते हैं भी यार 150 भी चाहे तो 200 ले ला खुश होकर देंगे जिन्हों मतलब फूड वैल्यू का पता है आने वाले समय च ऑरगैनिक का की स्कोप देखते हो जिमें मैं वेख्या अमेरिका कनेडा च बहुत सारे ऑरगैनिक प्रोजेक्ट इंडिया तो दालों या खाने वाले जाते हैं जिहड़े उत्थे ऑरगैनिक प्रोडक्ट ने महंगे भी बहुत ने जे मार्केट खुले तो चांस है ने बहुत ज़्यादा चांस ने जो मतलब एक्सपोर्ट होवे ऑरगैनिक एक्सपोर्ट होवे सरकार थोड़ी जी हेल्प करन जिवें रसायनिक खेती तो सरकार चलो ज़्यादा तो नहीं थोड़ियां बहुतियां सबसिडियां हैगियां ने तो उन्नियां सबसिडियां भी ऑरगैनिक फार्मर नूं मिलन तो वह थोड़ा ज़्यादा स्टेबल हो सकता इस तरह के मेलों काफ़ी साल के आते हो किवें वेखदे हो व्यापार मेले खेती मेले सॉरी किसान मेले तो ठीक ने जी चल रहे हैं वधिया चल रहे ने क्योंकि काफ़ी लोग आए होंगे ने तो जिहड़ियां जिन्हें भी आ लगे ने स्टॉल खेरे कृषि विज्ञान केंद्र के अंडर है भी उन्होंने पता है भी जिहड़े जिहड़े प्रोडक्ट लैके आए ने सारे सही प्रोडक्ट लैके आए ने अपने मसलन खपतकार है जिहड़े खाने वाले सुचेत होण तां किसान कामयाब हो सकदा बिल्कुल जी सुचेत मतलब भी वड्डे जिहड़े कोऑपरेटिव घराने हैगे ने जिवें फॉर्चूनर तेल हैगा तो उदों दा लोगों हर एक पता फॉर्चूनर लो तो जो ऑरगैनिक की गल आती है तो वह कह रहे हैं ऑरगैनिक का बड़ा महंगा यार तुम उही लै लो मेरी जहर वाला हालांकि ये मेरा मतलब भी 100% प्योर हैगा तो ये मतलब भी पंजाब एग्रो वालों अपरूवड हैगा कृषि विज्ञान केंद्र वालों अपरूवड हैगा तो वह मेरी गल है जी। अच्छा अपना संपर्क नंबर अपना नाम पता दो अगर कोई जुड़ना चाहे तो हाँ मेरा नाम नरेंद्र सिंह टवाणा पिंड जित्तू प्रजटा डिस्ट्रिक्ट पटियाला तो मेरा फोन नंबर हैगा जी 98550 94709 है जी 98550 94709 709 हाँ जी जी 709 सो पटियाले तो लगभग 15-18 किलोमीटर से मेरा पिंड हैगा जी तो गुरुद्वारा साहब के नेड़े मेरा फार्म हैगा ते उत्थे आके भी तुसी मैनूं मिल सकदे हो जी। धीराणी की सुनेहा देना चाहुंदे हो सुनण वालियां नूं? बस मैं यही कहनी हां सारे ऑरगैनिक खेती वाल जुड़न ते ऑरगैनिक प्रोडक्ट्स यूज करन बीमारियां तो बचन जी। सो बिल्कुल उत्तम खेती मध्यम व्यापार निखिध नौकरी भीख खुआर पर खेती खुआर हो रही है। लाली जी काफ़ी देर बाद मेले च आए हो करोना तो बाद की महसूस करते हो? भादों की धुप के सताए जट साध हो जाते पर भादों का आखिरी दिन है पर फिर भी जट वड्डी पद्धर ते पहुंचे ने टवाणा साहब जे जट पक्के होण तां उन्हां नूं धुप तप कुछ नहीं कहिंदी हैगी। इस तो पहला भी आप जून जुलाई दी गर्मियां भी देखते हैं तो खुद ये नहीं है भी चिट्टे कपड़े पाए होने वो मसा ही सानूं टाइम मिलता चिट्टे कपड़े पाउण दा तुसीं तां देखिया ही होया अपने फार्म यूपी दे विच। सो ऐं बहुत चंगा लग्या करोना काल करके भी ये जिहड़ा मतलब स्टालां वगैरह ज ये प्रोग्राम नहीं उलीकया गया तो देर बाद ही इस तरह मतलब ज़्यादा अच्छ शमूलीत हुई है लोगों की काफ़ी इकट्ठ होया जिमीदार आए ने बहुत वधिया चंगा लगा जी बहुत अच्छा लगा जी। सत श्रीकाल जी कितों आए हो? मेरा पिंड कृषि विज्ञान केंद्र राउनी के बिल्कुल नेड़े 3 किलोमीटर से बिशनपुर छन्ना है। अच्छा, मेरा नाम दलवीर सिंह कालेक है। अच्छा, मैं भी खेती ही करदा। किस चीज़ की? कणक झोने की करते हैं अभी लगातार। की महसूस करते हो इन्हां मेलों बारे किसान मेले बारे? मेले का तो इतने आ की पता लगता है जिहड़ी नॉलेज है मेले तो ही मिलती है तो जिवें आप अजकल बहुत एक ट्रेंड जहाँ चल गया भी किसान अपने बीज लगाई जाते हैं इस बारी जिवें कई तरह बीमारियां भी आईया फसलों झोने च भी देखने को मिली ये यही हो सकता है भी बीज तो बीमारी आई बीज जितों भी आए उतों बीमारी चल के आई जे आप यूनिवर्सिटी संपर्क रखते हैं तो यूनिवर्सिटी के माहर सानू दसते हैं भी सुधरे हुए बीज या यूनिवर्सिटी के बीज ही वरते जा दूजिया यूनिवर्सिटिया के बीज वरते वरते जाए कि असं कह सकते हैं भी उन्होंने झाड़ भी ज़्यादा रहा जिमें फाउंडेशन सीड है सर्टिफाइड सीड है वो बीज जो आप लवेंगे तो जिस तरह हम असं रोज़ ही सुनते हैं भी काफ़ी सारी फसल बाही गई जिमीदार किन्ना नुकसान हो गया वह गवर्नमेंट ने हो सकता है भी थोड़ा बहुत कुछ मतलब दिता जाए पर गवर्नमेंट उन्होंने भरपाई नहीं कर सकती। बिल्कुल बड़ा मुश्किल है जो बीज नहीं ही चंगा नहीं तो फसल भी चंगी नहीं। हाँ जी मैं सारे किसान वीरों एक बेनती करदा भी कि वह कृषि विज्ञान केंद्रों के माहर जुड़ के खेती दी नवीं टकनीक अपना लागू कर आपो अपने खेतों तद ही कामयाब होया जाऊगा नहीं तो किसान वीरों खेती घाटे का सौदा बने चुकी है जे तुसी इहनू थोड़ा जिहा लाहे का धंधा बनाउणा तां तुसी मतलब विज्ञानियों नाल जुड़ के जां पीएचयू दे माहरां नाल जुड़ के ही बणिया जाऊगा। बहुत बहुत धन्नवाद नरेंद्र सिंह टवाणा जी थैंक यू। लो दोस्तों तुहानू एक होर खास चीज़ दिखाउने आ विश्व दे विच बड़ी तरह की शराब वाइन तुसी चखी होनी है मोगा
ਦੀ ਇੱਕ ਖਾਸ ਚੀਜ਼ ਤੁਹਾਨੂੰ ਦਿਖਾਉਂਦੇ ਹਾਂ। ਜਾਮਣ ਦੀ ਵਾਈਨ ਬਣਾਉਂਦੇ ਆ ਬੰਦੇ, ਆਓ ਪੁੱਛਦੇ ਆ ਉਹਨਾਂ ਨੂੰ ਕਿੱਦਾਂ ਬਣਾਉਂਦੇ ਆ। ਸੋ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਲੋਕ ਨੇ, ਇਹ ਇਹਨਾਂ ਦਾ ਪ੍ਰੋਜੈਕਟ ਟਮੈਟੋ ਸੌਸ ਹੈ ਅਤੇ ਹੋਰ ਕਈ ਪ੍ਰੋਜੈਕਟ ਇਹਨਾਂ ਦੇ ਨੇ। ਅਤੇ ਸਾਡੇ ਨਾਲ ਬਾਈ ਜੀ ਨੇ ਮੋਗਾ ਦਾ ਪਿੰਡ ਸਮਾਲਸਰ ਤੋਂ। ਹਾਂਜੀ, ਸਮਾਲਸਰ ਤੋਂ। ਅੱਛਾ, ਕੀ ਪ੍ਰੋਜੈਕਟ ਲੈ ਕੇ ਆਏ ਹੋ? ਸਰ, ਅਸੀਂ ਇੱਥੇ ਆਪਦੀ ਟਮੈਟੋ ਸੌਸ ਲੈ ਕੇ ਆਏ ਹਾਂ, 100% ਔਰਗੈਨਿਕ ਆ, ਵਿਦਆਊਟ ਕੈਮੀਕਲ, ਵਿਦਆਊਟ ਪ੍ਰੈਜ਼ਰਵੇਟਿਵ। ਅੱਛਾ। ਔਰ ਇੱਕ ਸਰ ਸਾਡੇ ਕੋਲ ਜਿਹੜਾ ਆਪਣਾ ਅਲੋਪ ਹੋ ਰਹੀਆਂ ਚੀਜ਼ਾਂ, ਚਿੱਬੜ ਆ ਜੀ, ਜਿਹਨੂੰ ਆਪਣੇ ਲੋਕ ਕਹਿ ਦਿੰਦੇ ਆ ਕਿ ਜੀ ਇਹ ਨਦੀਨ ਹੈ। ਚਿੱਬੜਾਂ ਦਾ ਕੀ ਅਚਾਰ ਬਣਾਉਂਦਾ? ਸਰ, ਅਚਾਰ ਹੈ ਜੀ। ਓ। ਔਰ ਇੱਕ ਸਰ ਸਾਡੇ ਕੋਲ ਜਾਮਣ ਦਾ ਸਿਰਕਾ ਜੀ। ਜਾਮਣ ਦਾ ਸਿਰਕਾ, ਪੰਜਾਬਣ ਜਦੋਂ ਗੁੱਸੇ ਹੁੰਦੀ ਹੈ ਨਾ ਅਤੇ ਕਹਿੰਦੀ ਆ ਰੋਟੀ ਲੱਤ ਮਾਰੂੰਗੀ ਪੰਜੇਬਾਂ ਵਾਲੀ ਵਿੱਚ, ਰੋਟੀ ਖਾ ਲਾ ਚਿੱਬੜਾ ਜਿਹਾ। ਚਿੱਬੜ ਮਹਿੰਗੀ ਆਈਟਮ ਹੋ ਗਈ, 80-90 ਰੁਪਏ ਕਿਲੋ ਹੋ ਗਿਆ ਇਹ ਹੁਣ। ਸਰ, 80-90 ਰੁਪਏ ਕਿਲੋ ਆ, ਪਰ ਲੇਕਿਨ ਸਰ ਇਹ ਜੇ ਇਹਨੂੰ ਪ੍ਰੈਪਰੇਸ਼ਨ ਕਰੀਏ ਇਹਦੀ ਤਾਂ ਇਹ ਜੀ ਮੰਨ ਕੇ ਚੱਲੋ ਤੁਹਾਡੇ ਵਾਸਤੇ ਅੰਮ੍ਰਿਤ ਆ। ਚਿੱਬੜਾਂ ਦੀ ਕੀ ਖਾਸੀਅਤ ਹੈ? ਸਰ, ਬੇਸਿਕਲੀ ਤਾਂ ਇਹ ਇੱਕ ਆਪਣਾ ਜੰਗਲੀ ਫਰੂਟ ਆ ਜੀ, ਇਹਦੇ ਉੱਪਰ ਕੋਈ ਕੈਮੀਕਲ ਦੀ ਲੋੜ ਨਹੀਂ ਗੀ, ਇਹ ਕੁਦਰਤੀ ਨੇਚਰ ਦੇ ਵਿੱਚ ਹੁੰਦਾ ਜੀ। ਜਦੋਂ ਸਰ ਇਹਦੇ ਵਿੱਚ ਇਹਦੇ ਨਿਊਟ੍ਰੀਸ਼ਨ ਵੈਲਿਊਜ਼ ਆ, ਉਹ ਆਪਣੇ ਪੁਰਾਣੇ ਬਜ਼ੁਰਗ ਆ, ਅਗਰ ਉਹਨਾਂ ਦੀਆਂ ਖੁਰਾਕਾਂ ਦੇਖੀਏ ਤਾਂ ਅਸੀਂ। ਕੀ ਰੇਟ ਵੇਚਦੇ ਹੋ ਅਚਾਰ ਇਹਦਾ ਕਿਲੋ? ਸਰ, ਇਹ ਸਾਡਾ 200 ਰੁਪਏ ਕੇਜੀ ਜਾ ਰਿਹਾ ਜੀ। 200 ਰੁਪਏ ਕਿਲੋ? ਹਾਂਜੀ ਸਰ। ਠੀਕ ਹੈ ਰੇਟ ਦਾ? ਸਰ, ਇਹ ਕੈਲਗਰੀ ਜਾ ਰਿਹਾ ਜੀ। ਅੱਛਾ, ਬਾਹਰ ਭੇਜਦੇ ਹੋ? ਕੈਲਗਰੀ ਜਾ ਰਿਹਾ ਜੀ। ਅੱਛਾ, ਚਿੱਬੜ ਕੈਲਗਰੀ ਜਾ ਰਿਹਾ? ਸਰ, ਚਿੱਬੜ ਕੈਲਗਰੀ ਜਾ ਰਿਹਾ, ਕੈਲਗਰੀ ਦੇ ਵਿੱਚ ਸਰ ਪੰਜਾਬੀ ਸਟੋਰ ਦੇ ਉੱਪਰ ਤੁਹਾਨੂੰ ਮਿਲੇਗਾ ਨਹੀਂ। ਅੱਛਾ, ਮੈਂ ਵੈਸੇ ਜਿਹੜਾ ਚਿੱਬੜਾਂ ਨੂੰ, ਮੈਂ ਵੀ ਬਹੁਤ ਸ਼ੌਕੀਨ ਹਾਂ ਚਿੱਬੜਾਂ ਦੀ ਚਟਨੀ ਦਾ, ਚਿੱਬੜਾਂ ਦਾ, ਅਤੇ ਮੈਂ ਚਿੱਬੜਾਂ ਨੂੰ ਪੰਜਾਬ ਦੇ ਕੀਵੀ ਕਹਿਣਾ ਹੁੰਦਾ, ਮਿੱਠੇ ਚਿੱਬੜ ਦਾ ਨਾ ਸਵਾਦ ਕੀਵੀ ਵਰਗਾ ਹੁੰਦਾ। ਅੱਛਾ, ਜਾਮਣ ਕਦੇ ਨਾ ਖਾਧੇ ਤੇਰੇ ਖੱਟੇ ਮਿੱਠੇ ਜਾਮ ਨੂੰ, ਜਾਮਣ ਦੀ ਖਾਸੀਅਤ ਹੈ, ਗਰੀਬਾਂ ਦਾ ਫਲ ਸੀ, ਮਹਿੰਗੀ ਸ਼ੈ ਹੋ ਗਈ ਹੈ, ਮੈਨੂੰ ਪਤਾ ਲੱਗਿਆ ਤੁਸੀਂ ਜਾਮਣ ਦੀ ਵਾਈਨ ਬਣਾਉਂਦੇ ਹੋ। ਹਾਂਜੀ ਸਰ, ਸਰ ਡਾਕਟਰ ਰਜਨੀ ਗੋਇਲ ਮੈਮ ਆ ਇੱਥੇ KVK ਦੇ ਵਿੱਚ, ਹੀ ਇਜ਼ ਅ ਵਨ ਆਫ ਦੀ ਬੈਸਟ ਟੀਚਰ। ਓਕੇ, ਸਾਡੇ ਅਕੋਰਡਿੰਗ ਤਾਂ ਮੈਡਮ ਰਜਨੀ ਗੋਇਲ ਜੀ ਆ ਉਹ ਬੈਸਟ ਟੀਚਰ ਮਾ, ਜਿਨ੍ਹਾਂ ਨੇ ਸਰ ਸਾਨੂੰ ਇਹਨਾਂ ਚੀਜ਼ਾਂ ਵਾਲੇ ਪਾਸੇ ਲਗਾਇਆ। ਅੱਛਾ, ਜਿਹੜਾ ਵਾਈਨ ਹੈ, ਵੈਸੇ ਵਾਈਨ ਆਪਣੇ ਤੌਰ 'ਤੇ ਕੋਈ ਵੀ ਬਣਾ ਸਕਦਾ ਆਪਣੀ ਵਰਤੋਂ ਦੇ ਵਾਸਤੇ, ਇਹ ਮੇਰੇ ਖਿਆਲ ਵਿਸ਼ਵ ਪੱਧਰ ਦੇ ਵਿੱਚ ਮੈਂ ਨਹੀਂ ਕਿਤੇ ਸੁਣਿਆ ਕਿ ਜਾਮਣ ਦੀ ਵਾਈਨ ਬਣਦੀ ਹੈ, ਪਰ ਜਿਹੜੇ ਸ਼ਰਾਬ ਜ਼ਿਆਦਾ ਪੀਂਦੇ ਆ ਪੰਜਾਬੀ, ਉਹ ਜਾਮਣਾਂ ਨਾਲ ਪੀਂਦੇ ਆ, ਇੱਕ ਤਾਂ ਮੁਸ਼ਕ ਨਹੀਂ ਆਉਂਦਾ ਘਰੇ ਵੀ ਸ਼ਰਾਬ ਪੀ ਕੇ ਆਇਆ, ਇੱਕ ਸ਼ੂਗਰ ਘੱਟ ਰਹਿੰਦੀ ਹੈ। ਹਾਂਜੀ ਸਰ। ਅਤੇ ਇਹ ਤੁਸੀਂ ਤਾਂ ਬਣਾ ਹੀ ਸ਼ੂਗਰ ਦੀ, ਇਹਦੀ ਜਾਮਣ ਦੀ ਵਾਈਨ ਰਹੇ ਹੋ, ਕਿੱਦਾਂ ਬਣਦੀ ਫਿਰ ਇਹ, ਤੁਹਾਡੀ ਅਪਰੂਵ ਹੋ ਗਈ ਅਜੇ ਜਾਂ ਪ੍ਰੋਜੈਕਟ? ਸਰ ਨਹੀਂ, ਅਸੀਂ ਸਰ ਇਹਦੇ ਉੱਪਰ ਅਜੇ R&D ਕਰ ਰਹੇ ਹਾਂ, ਅਸੀਂ ਸਰ ਇਹ KVK ਦੇ ਅੰਡਰ ਹੀ ਇਹਦੀ ਟ੍ਰੇਨਿੰਗ ਲੈ ਰਹੇ ਹਾਂ। ਅੱਛਾ। ਇੱਕ ਸਰ ਸਾਡੇ ਡਾਕਟਰ ਰਾਜਵੀਰ ਸਿੰਘ ਆ, ਉਹ ਸਾਨੂੰ ਇਹਦੇ ਰਿਸਰਚ ਵਗੈਰਾ ਕਰਵਾ ਰਹੇ ਆ, ਇਹਨੂੰ ਸਰ ਅਜੇ ਅਸੀਂ ਮਾਰਕੀਟ ਲੈਵਲ ਦੇ ਉੱਪਰ ਨਹੀਂ ਲੈ ਕੇ ਆਏ। ਅੱਛਾ, ਜਾਮਣ ਦਾ, ਮੈਂ ਕੈਮਰਾਮੈਨ ਨੂੰ ਕਹਾਂਗਾ, ਜਾਮਣ ਦਾ ਸਿਰਕਾ ਹੈਗਾ ਜਿਵੇਂ ਐਪਲ ਵਿਨੇਗਰ ਆ, ਜਾਮਣ ਦਾ ਸਿਰਕਾ ਕੀ ਰੇਟ ਵੇਚਦੇ ਹੋ? ਸਰ, ਇਹ ਸਾਡਾ ਜਾਮਣ ਦਾ ਸਿਰਕਾ, ਇਹ ਸਰ ਸਾਡਾ 190 ਰੁਪਏ ਕੇਜੀ ਜਾ ਰਿਹਾ ਜੀ। ਕੀ ਫਾਇਦੇ ਆ ਇਹਦੇ? ਸਰ, ਬੇਸਿਕਲੀ ਤਾਂ ਜਿਹੜਾ ਮੋਰਨਿੰਗ ਟਾਈਮ ਦੇ ਵਿੱਚ ਅਗਰ ਆਪਾਂ ਲਿਊਪਵਾਰਮ ਵਾਟਰ ਨਾਲ ਲੈਂਦੇ ਹਾਂ ਜੀ, ਤਾਂ ਜਿਹੜੀ ਸਾਡੀ ਕੋਈ ਪੇਟ ਦੀ ਪ੍ਰੋਬਲਮ ਹੈਗੀ ਆ ਜੀ, ਜਾਂ ਕਿਸੇ ਨੂੰ ਕਬਜ਼ ਦੀ ਪ੍ਰੋਬਲਮ ਆ, ਜਾਂ ਸ਼ੂਗਰ ਦੀ ਪ੍ਰੋਬਲਮ ਆ, ਤਾਂ ਉਹਦੇ ਵਾਸਤੇ ਬਹੁਤ ਹੀ ਅੱਛਾ ਬੈਨੀਫਿਟ ਹੈ ਜੀ। ਜਾਮਣ ਦੀ ਵਾਈਨ ਟਰਾਈ ਕੀਤੀ ਤੁਸੀਂ ਵੈਸੇ? ਸਰ, R&D ਕੀਤੀ ਆ, ਵੈਸੇ ਬੇਸਿਕਲੀ ਉਹਨੂੰ ਅਸੀਂ ਵੈਸੇ ਸੇਲ ਨਹੀਂ ਕੀਤਾ, ਜਾਂ ਨਾ ਉਹਨੂੰ ਕਦੇ ਅਜੇ ਤੁਸੀਂ ਲਾਇਸੈਂਸ ਨਹੀਂ ਮਿਲਿਆ? ਹਾਂਜੀ, ਲਾਇਸੈਂਸ ਨਹੀਂ ਮਿਲਿਆ। ਬਣ ਸਕਦੀ ਹੈ ਸਰ ਵਾਈਨ? ਟੇਸਟ ਤਾਂ ਕੀਤੀ ਹੋਣੀ ਹੈ। ਹਾਂਜੀ ਸਰ, ਟੇਸਟ ਬੜਾ ਅੱਛਾ ਉਹਨਾਂ ਦਾ, ਟੇਸਟ ਅੱਛਾ ਆਪਣੇ ਤੌਰ 'ਤੇ। ਹਾਂਜੀ ਸਰ, ਮੋਗਾ ਚਾਹ ਜੋਗਾ ਹੀ ਨਹੀਂ, ਮੋਗਾ ਜਾਮਣ ਜੋਗਾ ਵੀ ਹੈ। ਨਹੀਂ ਸਰ, ਮੋਗਾ ਦਾ ਅਲਟੀਮੇਟ ਆ ਸਰ, ਸਾਡੇ ਭਾਅ ਜੀ ਆ ਕੈਟਲ ਰੈਂਚ ਫੀਡ ਫੈਕਟਰੀ ਤੋਂ ਆ ਜੀ, ਉਹ ਇੱਕ ਛੋਟੇ ਜਿਹੇ ਪਲਾਂਟ ਤੋਂ ਇਹਨਾਂ ਨੇ ਪ੍ਰਾਈਵੇਟ ਲਿਮਿਟਡ ਕੰਪਨੀ ਖੜੀ ਕੀਤੀ ਆ, ਤਾਂ ਬੇਸਿਕਲੀ ਸਾਡੇ ਜਿਸ ਤਰ੍ਹਾਂ ਹੁਣ ਭਾਅ ਜੀ ਆ ਸਾਡੀ, ਆਪਾਂ ਜਾਮਣ ਦਾ ਜਿਸ ਤਰ੍ਹਾਂ ਰੇਤੀਲੇ ਇਲਾਕੇ ਜਾਮਣ ਹੁੰਦੀ ਹੈ, ਸਮੇਂ ਵਾਲੀ ਦੀਆਂ ਜਾਮਣਾਂ ਬਹੁਤ ਮਸ਼ਹੂਰ ਨੇ ਪੰਜਾਬ ਦੀ, ਜਿਵੇਂ ਫਸਲੀ ਵਿਭਿੰਨਤਾ, ਅਗਰ ਜਾਮਣ ਦੇ ਬਾਗ ਲੱਗਣ ਤਾਂ ਫਾਇਦਾ ਹੈ, 100-150 ਰੁਪਏ ਕਿਲੋ ਵੈਸੇ ਹੀ ਵਿਕਦੀ ਹੈ, ਅਤੇ ਅਗਰ ਇਸ ਨੂੰ ਸਰਕਾਰਾਂ ਸਪੋਰਟ ਕਰਨ, ਇਹਦਾ ਵਾਈਨ ਵਾਲਾ ਪ੍ਰੋਡਕਟ ਆਵੇ, ਤਾਂ ਲੱਗਦਾ ਕਾਫੀ ਸਕੋਪ ਹੈ ਪੰਜਾਬ 'ਚ ਜਾਮਣ ਦਾ। ਸਰ, 100% ਸਕੋਪ ਆ, ਬੇਸਿਕਲੀ ਸਰ ਜਿਹੜਾ ਸਾਡਾ ਵਿਨੇਗਰ ਆ ਤਾਂ ਇਹ ਵੀ ਸਰ ਇੱਕ ਵਾਈਨ ਦਾ ਫਸਟ ਸਟੇਜ ਆ ਜੀ। ਕੀ ਰੇਟ ਦਿੰਦੇ ਹੋ ਇਹ? ਇਹ ਸਰ ਸਾਡਾ 200 ਰੁਪਏ ਲੀਟਰ ਆ ਜੀ। 200 ਰੁਪਏ ਲੀਟਰ? ਹਾਂਜੀ ਸਰ। ਵਾਈਨ ਮਤਲਬ ਬੜੇ ਸਸਤੇ ਰੇਟ 'ਤੇ ਅੱਛੀ ਵਾਈਨ ਬਣ ਸਕਦੀ ਹੈ? ਸਰ ਬਿਲਕੁਲ ਬਣ ਸਕਦੀ ਹੈ, ਔਰ ਸਰ ਸਾਡੇ ਫਾਰਮਰ ਵਾਸਤੇ ਸਭ ਤੋਂ ਬੈਟਰ ਆਪਸ਼ਨ ਆ ਜੀ। ਜਿਹੜਾ ਸਰ ਫਾਰਮਰ ਹੁਣ ਆਪਾਂ ਕਹਿੰਦੇ ਹਾਂ ਕਿ ਮੰਡੀਆਂ 'ਚ ਰੁਲਦਾ ਨਾ, ਤਾਂ ਸਰ ਉਹ ਮੰਡੀ 'ਚ ਰੁਲੇ ਜੀ। ਜਿਹੜੇ ਸਰ ਸਾਡਾ ਬਰਾਨੀ ਵਾਹਣ ਆ ਜੀ, ਕੋਈ ਜਿੱਥੇ ਸਾਡੇ ਕੈਮੀਕਲ ਵਗੈਰਾ ਜ਼ਿਆਦਾ ਹੋਏ ਆ, ਕੋਈ ਕਲਰ ਵਾਲੀ ਮਿੱਟੀ ਆ, ਉੱਥੇ ਵੀ ਸਰ ਸਾਡਾ ਹੋ ਸਕਦਾ, ਸਾਡੀ ਗੌਰਮੈਂਟ ਨੂੰ ਚਾਹੀਦਾ। ਕਦੋਂ ਕਿ ਤੁਹਾਡਾ ਪ੍ਰੋਜੈਕਟ ਇਹ ਆ ਸਕਦਾ ਵਾਈਨ ਦਾ? ਸਰ, ਸਾਨੂੰ 2 ਸਾਲ ਤੱਕ ਲੱਗਣਗੇ ਦੇ ਜੀ। ਅੱਛਾ ਅੱਛਾ, ਸ਼ੁਰੂਆਤ ਹੈ, ਚਲੋ ਉਮੀਦ ਕਰੀਏ, ਵਧਾਈਆਂ ਦੀ। ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ? ਮੈਂ ਸਰ ਲਾਸਟ ਇਹ ਗੌਰਮੈਂਟ ਨੂੰ ਇੱਕ ਅਪੀਲ ਕਰਨਾ ਚਾਹੂੰਗਾ ਕਿ ਸਾਡੀ ਗੌਰਮੈਂਟ ਅਗਰ ਕਿਸੇ ਹੋਰ ਇੰਡਸਟਰੀ ਨੂੰ ਲੈਣ ਦੀ ਬਜਾਏ ਅਗਰ ਪੰਜਾਬ ਦੇ ਵਿੱਚ ਫੂਡ ਪ੍ਰੋਸੈਸਿੰਗ ਨੂੰ ਪ੍ਰਫੁੱਲਿਤ ਕਰੇ, ਇਹਦੇ ਨਾਲ ਸਰ ਪੰਜਾਬ ਦਾ ਕਿਸਾਨ ਵੀ ਬਚੇਗਾ, ਪੰਜਾਬ ਦੀ ਆਉਣ ਵਾਲੀ ਪਨੀਰੀ ਵੀ ਬਚੇਗੀ, ਔਰ ਸਾਡੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਆ ਉਹ ਸਰ ਬਹੁਤ ਹੀ ਬੈਟਰ ਆਪਸ਼ਨ ਆ ਸਾਡੇ। ਗੁੱਡ ਨੇਮ ਤੁਹਾਡਾ, ਕੰਟੈਕਟ? ਮੇਰਾ ਨਾਮ ਸਰ ਦਲਬੀਰ ਸਿੰਘ ਬਰਾੜ ਆ, ਮੇਰਾ
सो जामण बारे मैनू भी इन्हों तो पता लग्या कहिंदे वाइन बन जाती है। वैसे मैं भी ट्राई करांगा इस बारी, मेरे जिहड़ी है वह घट लगी है अंजीर, तो अंजीर की वाइन मैं भी बनावांगा। सो परमिंदर सिंह टिवाणा रौणी फार्म तो सत श्री अकाल।